ਮੰਮੀ ਉੱਠੋ ਆ ਦਵਾਈ ਪੀ ਲਓ। ਕਿੱਥੋਂ ਲਿਆਈਆਂ ਇਹ ਦਵਾਈ? ਮੰਮੀ ਮੈਂ ਤੁਹਾਨੂੰ ਦੱਸ ਕੇ ਗਈ ਸੀ ਨਾ ਕਿ ਮੈਂ ਸੰਦੀਪ ਵੱਲ ਚੱਲੀ ਆ ਪੈਸੇ ਲੈਣ, ਅਤੇ ਉਹਨੇ ਮੈਨੂੰ ਦਵਾਈ ਦਿੱਤੀ ਆ, ਕਹਿੰਦੀ ਇਹਦੇ ਨਾਲ ਵਾਹਵਾ ਫਰਕ ਪੈਣਾ ਵਾ, ਇੱਕ ਵਾਰੀ ਤੂੰ ਆਹ ਦੇ ਕੇ ਵੇਖ ਲਾ। ਹੈ ਚੱਲ ਲਿਆ ਦੇ। ਆ ਗਏ ਤੁਸੀਂ ਮੰਮੀ ਜੀ? ਹਾਂ ਆ ਗਏ ਬਹੁ। ਹਾਂ ਕਿੱਦਾਂ ਰਿਹਾ ਫਿਰ ਜੀ ਤਾਂ ਕੰਮ ਧੰਦਾ ਉੱਧਰ ਦਾ? ਵਧੀਆ ਵਧੀਆ ਰਿਹਾ, ਹੁਣ ਕਾਗਜ਼ ਪੱਤਰ ਭਰ ਆਏ ਆ, ਬਣਾਏ ਸਾਰੇ ਪੂਰੇ ਹੀ ਆ? ਹਾਂ ਪੂਰੇ ਹੋ ਗਏ ਸਾਰੇ। ਚਲੋ ਵਧੀਆ। ਪਾਣੀ ਲਿਆਵਾਂ? ਪੀਣਾ ਹੀ ਲਿਆ ਦੇ। ਲੈ ਆ। ਗਰਮੀ ਬੜੀ ਬਾਹਰ ਨਾ। ਮੰਮੀ ਜੀ ਤੁਸੀਂ ਤਾਂ ਆ ਗਏ ਜਦੋਂ ਮੈਂ ਜਾਣਾ ਹੈ, ਅਤੇ ਕਵਲ ਵੀ ਗਏ ਸੀ ਤੁਹਾਡੇ ਨਾਲ, ਉਹ ਕਿੱਥੇ ਨੇ? ਨਹੀਂ ਕਵਲ ਵੀ ਆਇਆ ਹੈ ਇੱਥੇ, ਸਾਨੂੰ ਤਾਰ ਕੇ ਨਾ, ਅਤੇ ਉਹ ਬੰਬੀਆਂ ਦੀ ਬੱਤੀ ਆ ਗਈ ਸੀ, ਅਤੇ ਇੱਥੇ ਸਾਨੂੰ ਲਾ ਕੇ ਤਾਂ ਆਪ ਤੁਰ ਗਏ। ਮੈਂ ਤੁਹਾਨੂੰ ਆਖਿਆ ਸੀ ਵੀ ਪਾਣੀ ਤਾਣੀ ਪੀ ਕੇ ਅਤੇ ਨਾਲੇ ਕੱਪੜੇ ਬਦਲ ਕੇ ਅਤੇ ਜਾਈ, ਪਰ ਨਹੀਂ, ਤੈਨੂੰ ਪਤਾ ਤਾਂ ਹੈ ਹੀ ਉਹਦਾ, ਉਹ ਤਾਂ ਦੌੜ ਗਿਆ ਬੰਬੀ, ਅਤੇ ਮੈਂ ਬੰਬੀ ਪਹਿਲਾਂ ਚਲਾਵਾਂ। ਕਾਲੀਆਂ ਬੜੀਆਂ ਕਰਦੇ ਹਰ ਕੰਮ ਦੇ ਵਿੱਚ, ਦੱਸ ਬੱਤੀ ਕਿਹੜੀ ਉੱਥੇ ਭੱਜ ਚੱਲੀ ਸੀ? ਤੁਸੀਂ ਕੱਪੜੇ ਲੀੜੇ ਬਦਲ ਕੇ ਪਾਣੀ ਤਾਣੀ ਪੀ ਕੇ ਅਤੇ ਫਿਰ ਜਾਓ, ਹੈ ਨਾ, ਉੱਥੇ ਘੜੀ ਟਾਈਮ ਲੱਗ ਜਾਣਾ ਸੀ ਉਹਨਾਂ ਨੂੰ। ਉਹ ਆਉਂਦੇ ਹੋਣੇ ਵੀ ਚੱਲ ਫਿਰ ਇੱਕ ਵਾਰੀ ਘਰੋਂ ਹੋ ਕੇ ਫਿਰ ਜਾਊਂ, ਤਾਂ ਕਰਕੇ ਕੋਈ ਨਹੀਂ ਛੇਤੀ ਛੇਤੀ ਬਾਹਰੋਂ ਮੁੜ ਕੇ। ਚਲੋ ਤੁਸੀਂ ਆਪਣੇ ਉਹ ਕਾਗਜ਼ ਪੱਤਰ ਸੰਭਾਲ ਲਓ ਫਿਰ। ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜੀ ਚੀਜ਼ ਦੀ ਲੋੜ ਪੈ ਜਾਏ, ਅਤੇ ਹੁਣ ਆਪਣੀ ਸਾਰੀ ਫਾਈਲ ਓਕੇ ਕਰਕੇ ਰੱਖਿਓ। ਹੁਣ ਕਿੱਦਣ ਜਮ੍ਹਾਂ ਕਰਾਉਣ ਜਾਣਾ? ਵੀਰ ਨੂੰ ਹੀ ਪਤਾ ਹੈ, ਮੈਨੂੰ ਤਾਂ ਇੰਨੀ ਜਾਣਕਾਰੀ ਨਹੀਂ। ਚਲ ਠੀਕ ਆ। ਮੰਮੀ ਜੀ। ਹਾਂਜੀ। ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਦੱਸੋ। ਵੀ ਪ੍ਰੀਤ ਆਈ ਸੀ ਤੁਹਾਡੇ ਮਗਰੋਂ, ਨਾਲੇ ਤੈਨੂੰ ਥੋੜ੍ਹੇ ਜਿਹੇ ਪੈਸੇ ਚਾਹੀਦੇ ਸੀ, ਅਤੇ ਨਾਲੇ ਵਿਚਾਰੀ ਦੇ ਕੱਪੜੇ ਥੋੜ੍ਹੇ ਜਿਹੇ ਮੋਟੇ ਸੀ ਉਹਨੇ ਪਾਏ, ਅਤੇ ਉਹ ਉਹਨੂੰ ਮੈਂ ਦਿੱਤੇ ਆਪਣੇ, ਨਾਲੇ ਪੈਸੇ ਦਿੱਤੇ। ਕਹਿੰਦੀ ਸੀ ਵੀ ਜਿਨ੍ਹਾਂ ਦੇ ਘਰ ਮੈਂ ਕੰਮ ਕਰਦੀ ਹਾਂ ਨਾ, ਉਹਨਾਂ ਨੇ ਮੈਨੂੰ ਹਟਾ ਤਾ ਵਾ। ਪਤਾ ਨਹੀਂ ਉੱਥੇ ਕੀ ਗੱਲਬਾਤ ਹੋਈ, ਉਹ ਤਾਂ ਉਹਨੇ ਮੈਨੂੰ ਦੱਸੀ ਨਹੀਂ ਪੂਰੀ, ਪਰ ਵਿਚਾਰੀ ਨਾ ਜਿੱਦਾਂ ਬੜੀ ਦੁਖੀ ਜਿਹੀ ਸੀ ਅਤੇ ਰੋਂਦੀ ਸੀ ਕਿ ਮੈਨੂੰ ਪੈਸਿਆਂ ਦੀ ਲੋੜ ਵਾ, ਕਿਉਂਕਿ ਉਹਦੀ ਸੱਸ ਬੜੀ ਬਿਮਾਰ ਵਾ, ਤੁਹਾਨੂੰ ਵੀ ਪਤਾ ਹੀ ਹੈ ਇਹ ਗੱਲ ਦਾ, ਨਿੱਕ ਨਿੱਕਾ ਤਾਂ ਉਹ ਬਿਮਾਰ ਕਿੰਨੇ ਹੀ ਚਿਰ ਦੀ ਆ, ਅਤੇ ਕਹਿੰਦੀ ਹੁਣ ਜ਼ਿਆਦਾ ਹੀ ਮੰਮੀ ਦਾ ਸਾਹ ਜਿਹੜਾ ਵਾ ਨਾ ਖੰਘ ਖੰਘ ਕੇ ਅਤੇ ਵਲਣ ਡੈ ਪਿਆ ਵਾ, ਅਤੇ ਮੈਨੂੰ ਆਉਂਦੀ ਸੀ ਚੱਲ ਮੈਂ ਥਾਂ ਇਹਨੂੰ ਕਿਤੇ ਵਿਖਾ ਕੇ ਚੰਗੇ ਅਤੇ ਦਵਾਈ ਦਵਾਉਂਦੀ ਹਾਂ, ਤਾਂ ਕਰਕੇ ਉਹਨੂੰ ਮੈਂ 2000 ਰੁਪਇਆ ਦਿੱਤਾ ਜੇ। ਚੱਲ ਕੋਈ ਨਹੀਂ ਪੁੱਤਰ, ਚੰਗਾ ਕੀਤਾ, ਇਹਦਾ ਪੁੰਨ ਵਾਲਾ ਹੀ ਥਾਂ ਹੈ, ਮਾਂ ਉਹਦੀ ਬੜੀ ਬਿਮਾਰ ਸੀ ਮੰਜੀ ਦੇ ਉੱਤੇ, ਮੈਂ ਸਗੋਂ ਆਉਂਦੀ ਸੀ ਭਾਈ ਕਿਸੇ ਵੇਲੇ ਜਾ ਕੇ ਤਾਂ ਉਹਦਾ ਪਤਾ ਲਿਆਵਾਂਗੀਆਂ। ਅਤੇ ਮੈਨੂੰ ਵੀ ਨਾਲ ਲੈ ਜਾਵਾਂ, ਮੈਂ ਵੀ ਤੁਹਾਡੇ ਨਾਲ ਇਹੋ ਹੀ ਗੱਲ ਕਰਨੀ ਸੀ ਕਿ ਆਪਾਂ ਜਾ ਕੇ ਅਤੇ ਉਹਦਾ ਪਤਾ ਲੈ ਆਈਏ ਵਿਚਾਰੀ ਦਾ। ਆਹੋ ਨਹੀਂ, ਜਦੋਂ ਦੋਵੇਂ ਜਣੀਆਂ ਜਾਵਾਂਗੀਆਂ ਹੋਰ ਪਤਾ ਲੈ ਆਉਂਦੇ ਜਾ ਕੇ। ਚੱਲੀਏ ਫਿਰ। ਚੱਲ ਜਾ ਕੇ ਪਤਾ ਲੈ ਆਉਂਦੇ ਹਾਂ ਉਹਦਾ। ਚੁੰਨੀ ਲੈਣੀ ਦੂਜੀ ਤਾਂ ਲੈ ਲਓ ਫਿਰ, ਕੋਟਨ ਦੀ। ਆਹੋ ਚੱਲ ਕੋਟਨ ਦੀ ਚੁੰਨੀ ਲਿਆ ਦਿੰਦੀ ਹਾਂ। ਫਰੀਦ ਖੰਘ ਖੰਘ ਕੇ ਮੇਰਾ ਤਾਂ ਬੀਪੀ ਕੱਢ ਗਿਆ ਆ। ਚਲੋ ਮੰਮੀ ਕੋਈ ਗੱਲ ਨਹੀਂ, ਉਹਦਾ ਜਾਂਦੇ ਹਾਂ, ਕੋਈ ਬੀਬੀ ਵੀ ਚੈੱਕ ਕਰਾ ਲਿਆਉਂਦੇ ਹਾਂ ਅਤੇ ਹੋਰ ਦਵਾਈ ਲੈ ਆਉਂਦੇ ਹਾਂ। ਅਜੇ ਨਹੀਂ ਮੈਂ ਜਾਣਾ, ਮੇਰੇ ਕੋਲ ਨਾ ਤੁਰਿਆ ਨਹੀਂ ਜਾਣ ਡਿਆ। ਪਰ ਮੰਮੀ ਦਵਾਈ ਖਾਓਗੇ ਤਾਂ ਫਿਰ ਹੀ ਰੁਮਾਨ ਆਊਗਾ, ਅਤੇ ਦਵਾਈ ਤਾਂ ਹੀ ਖਾਧੀ ਜਾਊਗੀ ਜੇ ਦਵਾਈ ਲੈ ਕੇ ਆਓਗੇ। ਮੰਮੀ ਆ ਵੇਖੋ, ਸੰਦੀਪ ਨੇ ਮੈਨੂੰ ਆਪਣੇ 2-3 ਸੂਟ ਦਿੱਤੇ, ਕਹਿੰਦੀ ਆਹ ਪਾਲਿਆ ਕਰ। ਚੱਲ ਪੁੱਤ ਕੀ ਕਰਨਾ ਫਿਰ, ਹੁਣ ਟਾਈਮ ਪਾਸ ਤਾਂ ਘਰ 'ਚ ਕਰਨਾ ਹੀ ਪੈਣਾ ਵਾ। ਹਾਂਜੀ ਚਲੋ ਮੰਮੀ ਤੁਸੀਂ ਇੱਦਾਂ ਕਰੋ, ਲੰਮੇ ਪੈ ਜਾਓ। ਵਿੱਕੀ ਰੱਬ ਦਾ ਵਾਸਤਾ ਜੇ, ਮੈਂ ਮੰਮੀ ਲਈ ਪੈਸੇ ਲੈ ਕੇ ਆਈ ਹਾਂ ਉਹਨਾਂ ਘਰੋਂ ਮੰਗ ਕੇ, ਅਤੇ ਦਵਾਈ ਲਿਆਉਣੀ ਆ, ਹੁਣ ਇਹਨਾਂ ਪੈਸਿਆਂ 'ਤੇ ਨਾ ਅੱਖ ਰੱਖ ਲਿਓ। ਹਲੇ ਫੜ ਆ ਜਾਣੀ ਹਿੰਨੇ ਦੀ ਦਵਾਈ, ਮੰਮੀ ਨੂੰ ਗਲੂਕੋਜ਼ ਨਹੀਂ ਲਵਾਉਣੇ ਹੈਗੇ। ਮੰਮੀ ਦੀ ਹਾਲਤ ਵੇਖੋ, ਤੁਸੀਂ ਝੱਟ 500 ਰੁਪਇਆ ਫੇਰ ਨਾਪ ਲਿਆ, ਕਿਉਂ ਇਦਾਂ ਦੇ ਕੰਮ ਕਰਦੇ ਹੁੰਦੇ ਜੇ? ਚੁੱਪ ਕਰਕੇ ਤਾਂ ਬੈਠੀ ਰਹਿ, ਕੀ ਹੋਇਆ ਮੰਮੀ ਦੀ ਹਾਲਤ ਨੂੰ ਚੰਗੀ ਭਲੀ ਆ, ਨਾਲੇ ਆ ਕੱਪੜੇ ਕਿੱਥੇ ਲੈ ਕੇ ਆਈ ਆ?
ਸੰਦੀਪ ਨੇ ਦਿੱਤੇ ਸੀ ਕਹਿੰਦੀ ਮਾਰਿਆ। ਮੈਂ 20,000 ਕਿਹਾ ਵਾ ਕਿ ਉਹ ਘਰੋਂ ਇਹ ਘਰ ਕੋਈ ਚੀਜ਼ ਨਹੀਂ ਹੋਣੀ ਚਾਹੀਦੀ, ਪਰ ਨਾ ਤੂੰ ਨਹੀਂ ਮੇਰੀ ਮੰਨਣੀ ਹੁੰਦੀ। ਕੱਪੜਿਆਂ ਦਾ ਬੜੀ ਛੇਤੀ ਔਖਾ ਹੋਈ ਜਾਣ ਡਿਆ ਵਾ ਕਿ ਉਹਨਾਂ ਦੇ ਘਰ ਦੇ ਕੱਦ ਤੋਂ ਇੱਥੇ ਲੈਂਦੇ ਆ, ਆ ਜਿਹੜਾ ਜੇਬ ਦੇ ਵਿੱਚ 500 ਰੁਪਇਆ ਪਾਇਆ ਵਾ ਨਾ ਇਹ ਵੀ ਉਹਨਾਂ ਘਰੋਂ ਹੀ ਲਿਆਂਦਾ ਵਾ। ਇਸ ਗੱਲ ਦਾ ਮੈਨੂੰ ਨਹੀਂ ਪਤਾ ਹੈਗਾ, ਪਰ ਮੈਂ ਤੈਨੂੰ ਕਹਿੰਦਾ ਵਾ ਜਿਹਨੂੰ ਮੈਂ ਆਪਣੀ ਅੱਖੀਂ ਵੇਖ ਨਹੀਂ ਸਿਖਾਉਂਦਾ ਤੂੰ ਉਹਦੇ ਕੱਪੜੇ ਲੈ ਕੇ ਇਸ ਘਰ ਦੇ ਵਿੱਚ, ਚੰਗਾ ਭਲਾ ਤੈਨੂੰ ਪਤਾ ਵੀ ਆ, ਪਰ ਨਾ ਤੁਹਾਨੂੰ ਨਹੀਂ ਲੱਗਣੀ ਹੈਗੀ। ਹੁਣ ਮੈਂ ਤੁਹਾਨੂੰ ਆਪਣੇ ਤਰੀਕੇ ਨਾਲ ਦੱਸੂਗਾ। ਗੱਲ ਸੁਣ ਲਓ। ਕੀ ਸੁਣ ਲਓ ਤੇਰੀ ਗੱਲ? ਮੈਂ ਮੇਰੇ ਤੇ ਦਸ ਨਹੀਂ ਖਾਣਾ ਤੇ ਮੰਮੀ ਤੇ ਦਸ ਖਾ ਲਓ, ਉਹਨਾਂ ਦੀ ਦਵਾਈ ਵਾਸਤੇ ਪੈਸੇ ਲਿਆਂਦੇ ਆ। ਚੁੱਪ ਕਰ ਜਾ ਮਾਈਏ, ਤੂੰ ਤੇ ਅੱਗੇ ਕੌਮਾਂ ਦੇ ਵਿੱਚ ਆ। ਵੇਲਾ ਮੰਮੀ ਦਾ ਦਿਮਾਗ ਖਰਾਬ ਹੋ ਗਿਆ ਈ। ਮੇਰੀ ਗੱਲ ਸੁਣ ਲਓ। ਤੂੰ ਗੱਲ ਸੁਣ, ਤੇਰੀ ਤੂੰ ਵਿੱਚ ਨਾ, ਮੈਂ ਤੈਨੂੰ ਕਹਿਣ ਡਿਆ, ਨਹੀਂ ਤਾਂ ਮੈਂ ਵਿੱਚ ਤੈਨੂੰ ਕੱਪੜਿਆਂ ਦੇ ਫੂਕ ਦੇਣਾ ਈ। ਵੇਖ ਲਏ ਨੇ ਸੰਦੀਪ, ਇਸੇ ਕਰਕੇ ਤੈਨੂੰ ਮੈਂ ਇੱਧਰ ਉਹਨੂੰ ਡੱਕਨੀ ਆ। ਇਹ ਮੁੰਡੇ ਨੂੰ ਕੂਣ ਬੋਲਣ ਦਾ ਨਹੀਂ ਪਤਾ, ਨਾ ਇਹਨੂੰ ਸ਼ਰਮ ਤੇ ਨਾ ਇਹ ਜਾ ਤੇ ਕਿਤਰਾ ਕਿਸੇ ਨਾਲ ਬੋਲਣਾ ਤੇ ਕਿਤਰਾ ਨਹੀਂ ਬੋਲਣਾ। ਤੇ ਤੁਹਾਨੂੰ ਕਹਿੰਦਾ ਕੌਣ ਆ ਇੱਧਰ ਆਉਣ ਨੂੰ? ਨਾ ਆਇਆ ਕਰੋ, ਨਾ ਲੱਗਿਆ ਕਰੋ ਸਾਡੇ ਮੱਥੇ, ਜੇ ਇੰਨੇ ਮਾੜੇ ਲੱਗਦੇ ਆ ਅਸੀਂ ਤੇ। ਵੇਖ ਲੈਣੇ ਆ ਕੁੜੀ ਨੂੰ ਕਿਉਂ ਤੰਗ ਕਰਨ ਡਿਆ ਆ, ਕੀ ਕਰਾਂ, ਤੇ ਪਾਪੀ ਨੇ ਸਤਾ ਕੇ ਮਾਰ ਛੱਡਿਆ, ਉਹ ਤੇ ਚੰਗੀ ਆ ਫਿਰ ਵੀ ਜਿਹੜੀ ਇਹਦੇ ਨਾਲ ਦਿਨ ਕੱਟੀ ਜਾਣ ਡਈ ਆ। ਹਾਏ ਵੇਖਾਂ ਕੀ ਕਰਨ ਡਿਆ ਵਾ, ਕੁੜੀ ਨੂੰ ਮਾਰਨ ਦੇਣ ਕਿਤੇ ਡਿਆ। ਵੇ ਅਸੀਂ ਤਾਂ ਐਂ ਤੇਰੀ ਮਾਂ ਦਾ ਪਤਾ ਲੈਣ ਤੇ ਉਹਦਾ ਪਤਾ ਲੈ ਕੇ ਆਉਂਦੇ ਆ, ਸਾਨੂੰ ਕੀ ਪਤਾ ਤੂੰ ਬੇਜ ਅੱਗੇ ਖਲੋਤੀ ਹੈ, ਤੂੰ ਆਉਂਦਾ ਹੀ ਸਾਡੇ ਗਲ ਪੈ ਗਿਆ। ਚੱਲ ਸੰਦੀਪ ਚੱਲੀਏ, ਇਹ ਤੇ ਬਕਵਾਸ ਕਰੀ ਜਾਣੇ ਦੀ ਬਕਵਾਸ ਨਹੀਂ ਸੁਣਨ ਆਏ, ਕਿਸੇ ਕੋਲ ਬੇਇੱਜ਼ਤੀ ਕਰਾਉਣ ਆਇਆ ਸੀ, ਐਡਾ ਵੱਡਾ ਨਾਢੂ ਖਾਣੇ। ਚੱਲ ਆ ਚੱਲੀਏ ਕੁੜੀਏ। ਨਹੀਂ ਮੰਮੀ, ਅੱਜ ਮੈਨੂੰ ਇਹਦੇ ਨਾਲ ਗੱਲ ਕਰ ਹੀ ਲੈਣ ਦਿਓ, ਬੜਾ ਇਹਦੇ ਮੂੰਹ ਵੱਲ ਵੇਖ ਲਿਆ ਤੇ ਬੜਾ ਚੁੱਪ ਰਹਿ ਕੇ ਵੇਖ ਲਿਆ। ਮੈਂ ਇਹਦੇ ਘਰ ਨਹੀਂ ਆਈ, ਮੈਂ ਆਪਣੀ ਭੈਣ ਦੇ ਘਰ ਆਈ ਹਾਂ, ਮੈਨੂੰ ਤੇ ਉਹਦਾ ਦਰਸ ਮਾਰਦਾ, ਇਹਨੂੰ ਕੌਣ ਇੱਥੇ ਮਿਲਣ ਗਿਲਣ ਆਉਣ ਡਿਆ ਵਾ? ਹਾਲ ਚਾਲ ਤੇ ਮੈਂ ਆਪਣੀ ਭੈਣ ਦਾ ਪੁੱਛਣ ਆਈ ਹਾਂ, ਉਹ ਵਿਚਾਰੀ ਇੰਨੀ ਦੁਖੀ ਹੋਈ ਪਈ ਆ, ਇਹਨੂੰ ਕੋਈ ਲੱਥੀ ਚੜੀ ਨਹੀਂ ਹੈਗੀ। ਥੋੜ੍ਹੀ ਬਹੁਤੀ ਤਾਂ ਬੰਦੇ ਦੀਆਂ ਅੱਖਾਂ 'ਚ ਸ਼ਰਮ ਹੋਣੀ ਚਾਹੀਦੀ ਆ, ਪਰ ਮੈਨੂੰ ਤਾਂ ਲੱਗਦਾ ਇਹ ਸਾਰੀ ਵਿੱਚ ਵੱਟ ਕੇ ਖਾ ਗਿਆ, ਇੰਨਾ ਜਿੰਨਾ ਵੀ ਲਿਹਾਜ਼ ਨਹੀਂ ਰਿਹਾ ਤੈਨੂੰ। ਨਹੀਂ ਹੈਗਾ ਮੈਨੂੰ ਕਿਸੇ ਦਾ ਲਿਹਾਜ਼, ਤੇ ਸਾਡੇ ਏਡੇ ਵੀ ਮਾੜੇ ਦਿਨ ਨਹੀਂ ਆਏ ਕਿ ਤੇਰੇ ਲੱਥੇ ਕੱਪੜੇ ਪਾਵੇ ਪ੍ਰੀਤੀ। ਵਾਹ, ਸਦਕੇ ਜਾਵਾਂ ਤੇਰੀ ਸੋਚ ਤੇ, ਇਹਨੂੰ ਆਂਦੇ ਆ ਰੱਸੀ ਸੜ ਗਈ ਆ ਪਰ ਵੱਟ ਨਹੀਂ ਗਿਆ, ਉਹੀ ਹਿਸਾਬ ਤੇਰਾ ਆ। ਵੇ ਇਤੋਂ ਮਾੜੇ ਦਿਨ ਹੋਰ ਕਿੱਥੇ ਹੋਣੇ ਆ ਪਾਪੀਆ, ਨਰਕ ਬਣਾ ਕੇ ਰੱਖਤੀ ਜ਼ਿੰਦਗੀ ਤੂੰ ਆਪਣੇ ਘਰ ਵਾਲਿਆਂ ਦੀ। ਜੋ ਮਰਜ਼ੀ ਆ, ਮੈਂ ਆਪਣੇ ਘਰੇ ਖਾਣਾ ਵਾ, ਕਿਸੇ ਦਾ ਕੀ ਖਾ ਲਿਆ ਮੈਂ? ਵੇ ਪੱਲੇ, ਕਿਸੇ ਦਾ ਕੀ ਖਾ ਲਿਆ ਪਾਵੇ? ਤੂੰ ਛੱਡਿਆ ਵੀ ਕੀ ਆ ਵੇ, ਛੱਡਿਆ ਵੀ ਕੀ ਆ, ਸਾਰਾ ਕੁਛ ਤੇ ਨਿਕਲ ਗਿਆ ਵਾ ਪਾਪੀਆ, ਉਹਦਾ ਵਿਚਾਰੀ ਦਾ ਪੇਕਾ ਪਰਿਵਾਰ ਖਾ ਗਿਆ ਸਾਰਾ, ਤੂੰ ਤੇ ਉੱਥੋਂ ਦੀ ਗਿੱਠ ਜ਼ਮੀਨ ਵੀ ਨਹੀਂ ਛੱਡੀ ਜਿੱਥੇ ਜਾ ਕੇ ਉਹ ਵਿਚਾਰੀ ਖਲੋ ਕੇ ਰੋ ਸਕੇ, ਉਹਨਾਂ ਨੂੰ ਯਾਦ ਕਰ ਸਕੇ, ਐਡਾ ਤੂੰ ਪਾਪੀ ਤੇ ਐਡਾ ਨੀਚ ਬੰਦਾ, ਆਪਣਾ ਵੀ ਸਾਰਾ ਕੁਝ ਵੇਚ ਵੱਟ ਕੇ ਖਾ ਗਿਆ, ਇਹ ਤੋਂ ਵੱਧ ਹੋਰ ਤੂੰ ਕੀ ਖਾਣਾ? ਕੁਛ ਛੱਡਿਆ ਈ ਓ, ਕੋਈ ਪੈਲੀ ਬੰਨਾ ਛੱਡਿਆ ਈ, ਪਿਓ ਤੇਰਾ ਉੱਥੇ ਮਿਲਕਦਾ ਮਰ ਗਿਆ ਜੇਲ੍ਹ ਦੇ ਵਿੱਚ ਤੇਰੀਆਂ ਕਰਤੂਤਾਂ ਸੁਣ ਸੁਣ ਕੇ, ਵੀ ਇੱਥੋਂ ਤੱਕ ਮੇਰਾ ਪੁੱਤ ਪਹੁੰਚ ਗਿਆ ਤੇ ਉਹਦੀ ਸਾਰੀ ਉਮਰ ਲੰਘ ਗਈ ਉੱਥੇ ਕਮਾਈਆਂ ਕਰਦੇ ਦੀ, ਤੇ ਤੂੰ ਆਪਣੇ ਢਿੱਡ 'ਚ ਪਾ ਲਿਆ ਸਾਰਾ ਕੁਛ, ਹਲੇ ਦੁਆਨਾ ਮੈਂ ਕਿਸੇ ਦਾ ਕੀ ਖਾ ਲਿਆ? ਤੂੰ ਤੇ ਆਪਣਾ ਮਾਂ ਪਿਓ ਵੀ ਨਹੀਂ ਛੱਡਿਆ, ਉਹ ਵੀ ਖਾ ਲਿਆ ਵਾ ਜੇ ਸੁਣੇ ਤੇ। ਬਾਕੀ ਮੈਂ ਤੇ ਸ਼ੁਕਰ ਕਰਦੀ ਹਾਂ ਕਿ ਆਹ 4 ਇੱਟਾਂ ਬਚੀਆਂ ਵਾ, ਕਿਤੇ ਇਹਨਾਂ ਦੇ ਕਰਮਾਂ ਨੂੰ ਬਚੀਆਂ ਰਹਿਣ, ਨਹੀਂ ਤੇ ਕਿਸੇ ਦਿਨ ਨੂੰ ਤੂੰ ਤੇ ਇਹ ਵੀ ਖਾ ਜਾਣੀਆਂ ਵੇਚ ਕੇ।
ਨਾਲੇ ਮੈਂ ਤੇ ਉਹ ਰੱਬ ਦਾ ਦਿਨ ਰਾਤ ਸ਼ੁਕਰਾਨਾ ਕਰਦੀ ਆ ਜਿਨੇ ਮੈਨੂੰ ਤੇਰੇ ਵਰਗੇ ਨਸ਼ੇੜੀ ਦੇ ਲੜ ਲੱਗਣੋਂ ਬਚਾ ਲਿਆ। ਨਹੀਂ ਤੇ ਮੇਰੀ ਜ਼ਿੰਦਗੀ ਵੀ ਇਦਾਂ ਦੀ ਨਰਕ ਭਰੀ ਬਣਾ ਦੇਣੀ ਸੀ ਤੂੰ ਹੁਣ ਨੂੰ। ਉਦੋਂ ਤੇ ਅਸੀਂ ਸੋਚਦੇ ਸੀ ਕਿ ਸਾਡੇ ਨਾਲ ਧੱਕਾ ਹੋ ਗਿਆ, ਸਾਡੇ ਨਾਲ ਮਾੜੀ ਹੋਈ ਆ ਕਿ ਜਿਹੜਾ ਇਹਨਾਂ ਨੇ ਸਾਨੂੰ ਪੈਰ ਤੇ ਜਵਾਬ ਦਿੱਤਾ। ਪਰ ਮੈਂ ਨਹੀਂ ਆ, ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਉਹੀ ਸੀ ਜਿੱਦਣ ਤੇਰੇ ਨਾਲੋਂ ਜਵਾਬ ਹੋਇਆ ਸੀ। ਨਾਲੇ ਰਹੀ ਗੱਲ ਪ੍ਰੀਤ ਦੀ ਮਦਦ ਕਰਨ ਦੀ, ਤੇ ਇਹਦਾ ਤੇ ਪਾਸਾ ਮੈਂ ਤਾਂ ਥੱਲਦੀ ਆ ਕਿ ਮੈਨੂੰ ਉਹਦਾ ਦੁੱਖ ਹੁੰਦਾ ਆ ਜਿੰਨਾ ਉਹ ਫੁੱਟ ਫੁੱਟ ਕੇ ਰੋਂਦੀ ਆ, ਆਪਣੀ ਕਿਸਮਤ ਨੂੰ ਕੋਸਦੀ ਆ ਦਿਨ ਰਾਤ ਕਿ ਉਹ ਕਿਹੜਾ ਮਾੜਾ ਦਿਨ ਸੀ ਜਿੱਦਣ ਉਹਨੇ ਚੁਣਿਆ ਸੀ ਕਿ ਮੈਂ ਤੇਰੇ ਨਾਲ ਜ਼ਿੰਦਗੀ ਬਤੀਤ ਕਰਨੀ ਆਪਣੀ ਸਾਰੀ। ਮੇਰੇ ਤੋਂ ਇਹਦਾ ਦੁੱਖ ਵੇਖਿਆ ਨਹੀਂ ਜਾਂਦਾ, ਕਿਉਂਕਿ ਜੇ ਇਹ ਤੇਰੀ ਜ਼ਿੰਦਗੀ 'ਚ ਨਾ ਆਉਂਦੀ ਤੇ ਇਹਦੀ ਜਗ੍ਹਾ 'ਤੇ ਅੱਜ ਮੈਂ ਰੋਂਦੀ ਫਿਰਨਾ ਸੀ ਘਰ ਘਰ। ਮੈਂ ਨਖੱਤਿਆ ਉੱਧਰ ਵੇ ਆਪਣੀ ਮਾਂ ਵੱਲ ਕੀ ਹੋ ਗਈ ਉਹਨੂੰ। ਭੈਣ ਜੀ, ਮੰਮੀ, ਭੈਣ ਜੀ, ਭੈਣ ਜੀ, ਮੰਮੀ, ਇਹ ਭੈਣ ਜੀ, ਮੰਮੀ, ਪ੍ਰੀਤੀ, ਮੰਮੀ ਚਲ ਗਈ ਆ ਤੇਰੀ, ਨਖੱਤਿਆ ਮਾਂ ਮਰ ਗਈ ਆ, ਪੈ ਗਈ ਕਲੇਜੇ ਤੇਰੇ ਠੰਡ, ਇੰਨਾ ਨੂੰ ਲੂ ਲੂ ਕੇ ਮਾਰੇ ਤਰਿਆ, ਬਹਿ ਜਾ ਮੱਥੇ ਦਾ ਹੱਥ ਮਾਰ ਕੇ ਰੋ ਇੱਥੇ ਬਹਿ ਕੇ। ਚਾਚੀ ਜੀ, ਚਾਚੀ ਜੀ, ਮੈਨੂੰ ਤੇਰੇ ਸਹਾਰਾ ਵੀ ਤੂੰ ਵੀ ਮੈਨੂੰ ਛੱਡ ਕੇ ਚੱਲ ਗਈ ਆ, ਮੇਰੇ ਵਾਸਤੇ ਧਿਆਨ ਰੱਖ ਲੈਂਦੀ ਕਿ ਤੂੰ ਕਿੰਨੇ ਪੁੱਜਣਾ ਵਾ। ਆਇਓ ਰੱਬਾ ਮੇਰਾ, ਮੈਂ ਕਿਉਂ ਇੰਨਾ ਵੱਡਾ ਧੋਖਾ ਕੀਤਾ ਈ ਆ, ਮੇਰੇ ਜੋਗਾ ਤਾਂ ਕੋਈ ਛੱਡ ਜਾਂਦਾ ਇੱਥੇ। ਸੜ ਕੇ ਮਰ ਗਈ ਤੇਰੇ ਹੱਥੋਂ, ਤੇਰੇ ਦੁੱਖਾਂ ਹੱਥੋਂ ਮਰ ਗਈ ਆ, ਚੰਗਾ ਤੇਰੇ ਚਾਲ ਚੱਲਣਾ ਹੱਥੋਂ ਇੱਕ ਵਾਰੀ ਨੀ ਉਹਨੂੰ ਸੋਹ ਦਿੱਤਾ ਕਿਤੇ ਨਖੱਤਿਆ, ਲੈ ਕੇ ਹੀ ਬਿਆ ਉਹਨੂੰ, ਉਹਦੀ ਜਾਨ ਲੈ ਕੇ ਹੀ ਛੱਡੀ ਆ ਤੂੰ। ਲਿਆ ਪਾਣ ਦਾ ਗਲਾਸ। ਆ ਲਓ ਪਾਣੀ ਲਿਆ। ਮੈਂ ਆਪਣਾ ਨੀਹਾਂ ਦਾ ਕੰਮ ਕਿੱਥੋਂ ਤੱਕ ਪਹੁੰਚਾ ਜੇ? ਨੀਹਾਂ ਚੱਲਣ ਡਿਆ ਵਾ, ਮੁੰਡੇ ਡੇ ਕੰਮ ਕੁੰਮ ਕਰਨ। ਅੱਛਾ, ਸਭ ਚਾਹ ਚੁੱਕੀ ਬਣਾਉਣ ਡੀ, ਮੁੰਡੇ ਨੂੰ ਪਿਆ ਲਾਉਂਦਾ ਮੈਂ ਕਿ। ਚਾਹ ਤੇ ਮੈਂ ਬਣਾ ਦਿੰਨੀ ਆ, ਤੇ ਮੈਂ ਇਹ ਆਖਣ ਡਈ ਸੀਗੀ ਕਿ ਨੀਹਾਂ ਤੇ ਭਰੀਆਂ ਜਾਣੀਆਂ ਵਾ, ਤੇ ਬਾਕੀ ਦਾ ਕੰਮ ਫਿਰ ਬਾਅਦ ਚ ਸਟਾਰਟ ਕਰਾਂਗੇ ਕਿ ਜਾਂ ਨਾਲ ਹੀ ਚੁੱਕ ਦੇਣਾ ਵਾ? ਉਹ ਨਾਲ ਹੀ ਹੋ ਜਾਣਾ ਵਾ, ਹੋਣਾ ਕਿਉਂ ਨਹੀਂ ਆ, ਕੀ ਗੱਲ? ਉਹ ਮੈਂ ਤੇ ਤਾਂ ਆਖਣ ਡਈ ਸੀਗੀ ਵੀ ਆ ਰੌਲਾ ਰੱਪਾ ਜਿਹਾ ਨੀ ਬੜਾ ਪਿਆ, ਨਸ਼ੇ ਛਡਾਓ, ਨਸ਼ਿਆਂ ਵਾਲਿਆਂ ਨੂੰ ਫੜਾਓ, ਕਈ ਰੌਲਾ ਪਾਉਂਦੇ ਆ ਇੱਥੇ ਓਏ ਸਮਾਜ ਸੇਵੀ। ਹਾਂਜੀ, ਉਹ ਛਿਆਂਗਵੇਂ ਉੱਠਦੇ ਹੁੰਦੇ ਆ ਬਰਸਾਤੀ ਡੱਡੂ ਆਏ, ਇਹਨਾਂ ਛਿਆਂਵੇਂ ਵਿਆਹਣਾ ਵਾ, ਰੌਲਾ ਪਾ ਕੇ ਬਹਿ ਜਾਣਾ ਵਾ, ਉਹ ਕਦੀ ਨਸ਼ੇ ਵੀ ਬੰਦ ਹੋਏ ਇਸ ਦਿਨ? ਉਹ ਤੇ ਸਰਕਾਰਾਂ ਕੋਲ ਬੰਦ ਨਹੀਂ ਹੋਏ, ਇੰਨਾ ਜ਼ੋਰ ਲਾਤਾ ਉਹਨਾਂ ਨੇ। ਜਿਹੜਾ ਨਸ਼ਾ ਵਾ ਨਾ, ਇੱਕ ਵਾਰੀ ਬੰਦੇ ਨੂੰ ਲੱਗ ਜੇ ਨਾ ਤੇ ਮੜੀਆਂ ਤੱਕ ਨਾਲ ਹੀ ਜਾਂਦਾ। ਹਾਏ, ਮੜੀਆਂ ਤੋਂ ਮੈਨੂੰ ਨਾ ਇੱਕ ਗੱਲ ਚੇਤੇ ਆਈ ਆ, ਬੜੇ ਹੀ ਮਾਵਾਂ ਦੇ ਪੁੱਤ ਮਰਨ ਡੇ ਆ, ਔਰ ਰੋਜ਼ ਹੀ ਫੋਨ ਤੇ ਕੁਛ ਨਾ ਕੁਛ ਵੇਖੀਦਾ ਵਾ। ਮੈਂ ਤੇ ਆਨੀ ਅਸੀਂ ਇਹ ਕੰਮ ਛੱਡ ਹੀ ਦਈਏ। ਯਾਰ ਟੈਨਸ਼ਨ ਕੋਲ ਇੰਨੀ ਤੂੰ ਮੇਰੇ ਹੁੰਦੇ ਆ, ਸਾਨੂੰ ਕਾਹਦਾ, ਸਾਨੂੰ ਤੇ ਪੈਸੇ ਨਾ ਮਤਲਬ ਬਲਾ, ਮਰਦੇ ਤੇ ਬਗਾਨੇ ਮਰਦੇ, ਸਾਨੂੰ ਟੈਨਸ਼ਨ ਕਾਹਦੀ ਆ? ਅਸੀਂ ਤੇ ਕੋਠੇ ਪਾਉਣੇ ਆ, ਅਸੀਂ ਤਾਂ ਵਧੀਆ ਲਾਈਫ ਜੀਣੀ ਆ, ਤੂੰ ਐਵੇਂ ਖਾਮ ਖਾਂ ਲੋਕਾਂ ਟੈਨਸ਼ਨ ਲਈ ਜਾਂਦੀ ਤੂੰ। ਹਾਏ, ਮਾਵਾਂ ਰੋਂਦੀਆਂ ਵੇਖੀਆਂ ਨਹੀਂ ਜਾਂਦੀਆਂ ਕਿਤੇ। ਚੱਲ ਠੀਕ ਆ ਫਿਰ, ਰਹਿਣ ਦਿੰਦੇ ਹਾਂ, ਪਾ ਲਈ ਕੋਠੀ, ਬਹਿ ਜੀ ਵਿੱਚ ਮਹਿਲ ਦੇ ਵੜ ਕੇ, ਫਿਰ ਨਾਲੇ ਮੈਂ ਇਕੱਲਾ ਹੋਇਆ ਵੇਚਣ ਡਿਆ ਇੱਥੇ, ਇੱਥੇ ਬੜੇ ਬੜੇ ਮਗਰਮੱਛ ਵੱਡੇ ਵੱਡੇ ਮੇਰੇ ਤੋਂ, ਸਮਝ ਲੱਗੀ? ਹਾਏ, ਮੈਂ ਤਾਂ ਚੁੱਪ ਕਰ ਯਾਰ।
ਮੈਂ ਆਪ ਸੁਣ ਦੇਣ ਜਾਣਾ ਨਾ ਘਰ ਲੈਣ ਆਉਂਦੇ ਮੇਰੇ ਮਰਦੇ ਆ ਫਿਰ ਦਿੰਦਾ ਮੈਂ ਜਾਂ ਆਪਣਾ ਕੰਮ ਕਰ ਜਾ ਕੇ ਚੰਗਾ ਸਿਰ ਖਾਣਾ ਵੀ ਮਰਾ ਕੇ ਦੋਈ ਦਿਆਲੀ ਹੈਲੋ ਹਾਂ ਕਿੱਦਾਂ ਬਾਈ ਠੀਕ ਠਾਕ ਆ ਹੋਰ ਸਮਾਨ ਦਾ ਔਖਾ ਮਿੱਤਰਾ ਸਮਾਨ ਦਾ ਬਹੁਤ ਔਖਾ ਜੀ ਉਹੀ ਗੱਲਾਂ ਜਿਹੜੀਆਂ ਹੁੰਦੀਆਂ ਹੁੰਦੀਆਂ ਉਹ ਆ ਸਮਾਜ ਸੇਵੀ ਚੌਥੇ ਦਿਨ ਉੱਠ ਪੈਂਦੇ ਆ ਬਰਸਾਤੀ ਡੱਡੂ ਬੜਾ ਰੌਲਾ ਪਿਆ ਮਿੱਤਰਾ ਇਹਨਾਂ ਦਾ ਔਖਾ 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 ਸਮਾਨ ਦਾ ਬਹੁਤ ਔਖਾ ਬਾਈ ਉਹ ਚੱਲ ਮਰਨਾ ਜਾਵੀਂ ਤੇਰੇ ਜੋਗਾ ਰੱਖਿਆ ਮੈਂ ਆ ਜਾਈ ਕੋਈ ਨਹੀਂ ਪਰ ਗੱਲ ਇੱਦਾਂ ਹੀ ਹੋ ਆਈ ਤਦ ਹੀ ਜੇ ਪੈਸੇ ਕੋਲ ਹੈਗੇ ਤੇ ਸਮਾਨ ਮਿਲਣਾ ਨਹੀਂ ਉੱਦਾਂ ਆ ਨਾਲੇ ਮੈਨੂੰ ਇੰਨਾ ਕੀ ਕਰਨਾ ਗੁੱਸਾ ਡਰ ਥੋੜ੍ਹਾ ਮੈਨੂੰ ਮੈਂ ਡਰਦਾ ਇੰਨਾ ਕਈ ਰੌਲਾ ਪਾਉਂਦੇ ਫਿਰਦੇ ਇੱਥੇ ਗਾਮਾ ਸਮਾਨ ਵੇਚਦਾ ਗਾਮਾ ਸਮਾਨ ਵੇਚਦਾ ਮੈਨੂੰ ਡਰ ਥੋੜ੍ਹਾ ਲੰਡੀ ਬੁੱਚੀ ਦਾ ਇੱਥੇ ਕਈ ਆਏ ਅਤੇ ਕਈ ਗਏ ਕਈ ਸਮਾਜ ਸੇਵੀ ਆਈਆਂ ਅਤੇ ਕਈ ਗਈਆਂ ਬਥੇਰੇ ਛਡਾਉਂਦੇ ਫਿਰਦੇ ਨਸ਼ਾ ਇੱਥੇ ਕਦੀ ਨਸ਼ਾ ਵੀ ਮੁੱਕਾ ਵਾ ਚੱਲ ਆ ਜਾ ਕੋਈ ਨਹੀਂ ਦੇਣਾ ਨਸ਼ਾ ਤੈਨੂੰ ਐਵੇਂ ਮਰਨਾ ਜਾਈ ਮੇਰੇ ਨਾਲ ਲੱਗੇਂਗਾ ਹੀ ਆ ਜਾ ਕੋਈ ਨਹੀਂ ਦੇਣਾ ਤੇਰੇ ਜੋਗਾ ਰੱਖਿਆ ਮੈਂ ਕੋਈ ਗੱਲ ਨਹੀਂ ਚੰਗਾ ਤੂੰ ਆਉਂਦੀ ਨਾ ਬੰਦ ਕਰਦੇ ਨਸ਼ਾ ਵੇਚਣਾ ਕਿੱਦਾਂ ਬੰਦ ਕਰਦਾ ਮਰਦੇ ਹੀ ਹੋ ਫਿਰ ਮੇਰੇ ਕੋਲ ਆਉਂਦੇ ਫਿਰ ਆਉਂਦੇ ਹੀ ਹੋ ਮੈਂ ਜਾਣ ਕੇ ਥੋੜ੍ਹਾ ਵੇਚਦਾ ਇਹ ਮਰਦੇ ਡਿੱਗਦੇ ਆਉਂਦੇ ਮੇਰੇ ਕੋਲ ਫਿਰ ਆਉਂਦੇ ਮੇਰੇ ਦਿੰਦਾ ਮੈਂ ਚਲੋ ਠੰਮਣਾ ਲਿਆਵਾਂ ਕੱਢ ਕੇ ਲਈ ਥੋੜ੍ਹਾ ਜਿਹਾ ਅਤੇ ਜ਼ਿਆਦਾ ਵੇਖ ਲੈਂਦੀ ਨਾ ਰੱਖਿਆ ਮਾਲ ਫਿਰ ਕੁੱਤੇ ਨੂੰ ਲਾਲਾਂ ਛੁੱਟਣ ਡੈ ਪੈਂਦੇ ਆ ਇੱਥੇ ਰੱਖਿਆ ਗਿਆ ਕਿੱਥੇ ਸਮਾਨ ਗਿਆ ਕਿੱਥੇ ਯਾਰ ਹੱਦ ਹੋ ਗਈ ਸਮਾਨ ਗਿਆ ਕਿੱਥੇ
ਪਿੱਛੇ ਵੜਦਾ ਕੋਈ ਨਹੀਂ ਮੇਰੇ ਤੋਂ ਸਵਾਏ ਸਮਾਨ ਕਿਹੜਾ ਥੋੜਾ ਵੀ ਥੋੜਾ ਸਮਾਨ ਗਿਆ ਤੇ ਗਿਆ ਕਿੱਥੇ ਮੈਨੂੰ ਸਮਝ ਲੱਗਣ ਡੀ ਯਾਰ ਪਰਮਜੀਤ ਓ ਪਰਮਜੀਤ ਕੀ ਹੋਇਆ ਵਾ ਕਾਹਤੋ ਰੌਲਾ ਪਾਇਆ ਇੰਨਾ ਪਰ ਰੌਲਾ ਨਾ ਪਾਵਾਂ ਤੇ ਹੋਰ ਕਿਹੜਾ ਉੱਥੋਂ ਮੇਰਾ ਸਮਾਨ ਲੱਭਣ ਡਿਆ ਸਮਾਨ ਨਹੀਂ ਲੱਭਣ ਡਿਆ ਉੱਥੇ ਹੀ ਹੋਣਾ ਕਿਤੇ ਓਏ ਉੱਥੇ ਮੈਂ ਰੱਖਿਆ ਇੱਥੇ ਰੋਜ਼ ਰੱਖਦਾ ਵਾਂ ਹੈਂ ਘਰ ਚੋਂ ਕਿੰਨੇ ਲੈ ਜਾਣਾ ਵਾ ਸਮਾਨ ਅਸੀਂ ਤਾਂ ਕਦੀ ਉੱਧਰ ਗਏ ਨੀ ਨਾ ਸਾਨੂੰ ਪਤਾ ਹੀ ਆ ਉਹ ਮੈਂ ਇੰਨਾ ਤੂੰ ਚੁੱਕਿਆ ਵਾ ਉਹ ਜਿੱਦਾਂ ਬਾਹਰ ਰੌਲਾ ਰੱਪਾ ਪਿਆ ਵਾ ਮੈਂ ਤੂੰ ਕਦੇ ਚੁੱਕੇਗਾ ਕੱਲ ਸਾਈਡ ਤੇ ਨਾ ਨਾ ਮੈਂ ਨੀ ਹੱਥ ਲਾਇਆ ਮੈਂ ਤਾਂ ਕਦੀ ਉਹ ਕਮਰੇ ਵੱਲ ਗਈ ਨੀ ਆ ਉੱਥੇ ਵਾਧੂ ਘੱਟੂ ਸਮਾਨ ਪਿਆ ਮੇਰਾ ਤਾਂ ਕੋਈ ਮਤਲਬ ਹੀ ਨਹੀਂ ਉੱਥੇ ਜਾਣ ਦਾ ਸਮਾਨ ਥੋੜਾ ਨਹੀਂ ਮੈਂ ਪਰਸੋਂ 1.5 ਲੱਖ ਖਰਚਿਆ ਵਾ ਉੱਥੇ ਮੈਂ ਛਿੱਤਰ ਦੇ ਵਿੱਚ ਰੱਖਿਆ ਪਾ ਗਈ ਜੁੱਤੀ ਪਾਸਕ ਦੀ ਚ ਉੱਥੇ ਹੈ ਨਹੀਂ ਮਾਲ ਹਾਏ ਉੱਥੇ ਹੀ ਹੋਣਾ ਕਿਤੇ ਆਸੇ ਪਾਸੇ ਵੇਖੋ ਚੰਗੀ ਤਰ੍ਹਾਂ ਉਹ ਸਾਰੇ ਆਸੇ ਪਾਸੇ ਵੇਖਿਆ ਮੈਂ ਚੁੱਲ੍ਹੇ ਦੀ ਸਵਾਹ ਸਾਰੀ ਫੋਲਤੀ ਉੱਥੇ ਨਹੀਂ ਲੱਭਾ ਮੈਨੂੰ ਹਾਏ ਹਾਏ ਜੀ ਉੱਥੇ ਨਹੀਂ ਹੈਗਾ ਤੇ ਕਿੱਥੇ ਗਿਆ ਮੈਨੂੰ ਤੇ ਸੌਂ ਲੱਗੇ ਰੱਬ ਦੀ ਮੈਂ ਨਹੀਂ ਚੁੱਕਿਆ ਸਮਾਨ ਵੀ ਮਾਲ ਸਾਡੇ ਘਰੋਂ ਗਿਆ ਤੇ ਗਿਆ ਕਿੱਥੇ ਸੋਚਣ ਵਾਲੀ ਗੱਲ ਤੇ ਹੈ ਵਾ ਕਿੱਥੇ ਗਿਆ ਸਮਾਨ ਉੱਥੋਂ ਮੈਨੂੰ ਸਮਝ ਲੱਗੀ ਹਾਏ ਰੱਬਾ ਸਮਾਨ ਗਿਆ ਤੇ ਗਿਆ ਕਿੱਥੇ ਐਵੇਂ ਨਾ ਟੈਨਸ਼ਨ ਲਈ ਜਾਓ ਇੱਥੇ ਕਿਤੇ ਹੋਣਾ ਵਾ ਮਾਲ ਤੁਸੀਂ ਆਪਣੇ ਆਪ ਨੂੰ ਨਾ ਕੁਛ ਕਰ ਲਿਓ ਕਿਤੇ ਉਹ ਟੈਨਸ਼ਨ ਮੈਨੂੰ ਮਾਲ ਦੀ ਨਹੀਂ ਆ ਟੈਨਸ਼ਨ ਮੈਨੂੰ ਇਹ ਗੱਲ ਦੀ ਆ ਵੀ ਸਾਡੇ ਘਰੋਂ ਮਾਲ ਚੁੱਕਿਆ ਕਿੰਨੇ ਤੇ ਜਿੰਨੀ ਅੱਜ ਚੁੱਕਿਆ ਵਾ ਉਹ ਪਹਿਲਾਂ ਹਰੇ ਕਿੰਨਾ ਚੁੱਕਦਾ ਰਿਹਾ ਵਾ ਹੈ ਤੇ ਗੱਲ ਤੁਹਾਡੀ ਠੀਕ ਆ ਪਰ ਫਿਰ ਵੀ ਦੋਹਰੇ ਵੇਖ ਲਓ ਮੈਂ ਤਿਆਨੀ ਜਾ ਕੇ ਹੈ ਨਹੀਂ ਉੱਥੇ ਮੈਂ ਪੱਤਾ ਪੱਤਾ ਫੋਲ ਲਿਆ ਹੈ ਨਹੀਂ ਉੱਥੇ ਮੈਨੂੰ ਆਪਣੇ ਟਿਕਾਣੇ ਦਾ ਪਤਾ ਜਿੱਥੇ ਮੈਂ ਰੱਖਦਾ ਰਿਹਾ ਵਾਂ ਤੇ ਤੈਨੂੰ ਪਤਾ ਮੇਰੀ ਇਜਾਜ਼ਤ ਬੜੀ ਤੇਜ਼ ਵਾ ਜਿੱਥੇ ਮੈਂ ਚੀਜ਼ ਰੱਖ ਲਿਆ ਮੈਂ ਭੁੱਲਦਾ ਨਹੀਂ ਹੁੰਦਾ ਹੁਣ ਐਵੇਂ ਨਾ ਖਪੀ ਜਾਓ ਤੇ ਗਾਂ ਤੋਂ ਮਾਲ ਦਾ ਟਿਕਾਣਾ ਬਦਲ ਦਿਓ ਵੇਖ ਲਓ ਮੰਮੀ ਸਾਰਾ ਕੋਈ ਹੋ ਗਿਆ ਰਿਸ਼ਤੇਦਾਰ ਆਏ ਖੱਪ ਖੁੱਪ ਕੇ ਆਪੋ ਆਪਣੇ ਘਰ ਚੱਲ ਗਏ ਅਤੇ ਮਗਰੋਂ ਤੋੜੀ ਰਹਿ ਗਏ ਇਹ ਦੋਵੇਂ ਜਾਣੇ ਇਕੱਲੇ ਦੋਵੇਂ ਜਾਣੇ ਵੀ ਕਾਹਦੇ ਰਹਿ ਗਏ ਪ੍ਰੀਤ ਹੀ ਰਹਿ ਗਈ ਕਿ ਉਹ ਵੀ ਵਿਚਾਰੀ ਖਪਣ ਨੂੰ ਹੁਣ ਜੇ ਮਗਰੋਂ ਤੋੜੀ ਉਹ ਸਾਥ ਦੇਣ ਲੱਗੀ ਸੀ ਉਹਦਾ ਮਾਸਾ ਰੱਬ ਉਹਨੂੰ ਲੈ ਗਿਆ ਸਮਝ ਨਹੀਂ ਲੱਗਦੀ ਵੀ ਰੱਬ ਨੂੰ ਵੀ ਕੀ ਚਾਹੀਦਾ ਜਿਹੜਾ ਜਾਣਾ ਵੀ ਮਾਸਾ ਚੰਗਾ ਹੁੰਦਾ ਉਹਨੂੰ ਹੀ ਲੈ ਜਾਂਦਾ ਅਤੇ ਮਾਰਨ ਵਾਲਾ ਇਹ ਆ ਉਹਨਾਂ ਨੂੰ ਬੜਾ ਖਪਦੀ ਰਹੀ ਆ ਉਹ ਪਰ ਇਹਦੇ ਨਹੀਂ ਕੰਨ ਦੇ ਉੱਤੇ ਜੂੰ ਸਰਕੀ ਮਾਸਾ ਵੀ ਇਹਨੇ ਨਹੀਂ ਪਰਵਾਹ ਕੀਤੀ ਉਹਨੂੰ ਵਿਚਾਰੀ ਨੂੰ ਰੋਲ ਰੋਲ ਕੇ ਮਾਰਿਆ ਇਹਨੇ ਅਤੇ ਉਹ ਕੁੜੀ ਵਿਚਾਰੀ ਮੰਮੀ ਚੰਗੇ ਭਲੇ ਘਰ ਦੀ ਕਿੱਦਾਂ ਥਾਂ ਥਾਂ 'ਤੇ ਧੱਕੇ ਖਾਣ ਨੂੰ ਮਜਬੂਰ ਹੋ ਗਈ ਵੇ ਪੁੱਤ ਉਹ ਤਾਂ ਸਗੋਂ ਛੁੱਟ ਗਈ ਆ ਕਿੰਨਾ ਖਪਦੀ ਸੀ ਵਿਚਾਰੀ ਦਿਹਾੜੀ ਦੀ ਕਈ ਵਾਰੀ ਮਰਦੀ ਅਤੇ ਕਈ ਵਾਰੀ ਜਿਉਂਦੀ ਸੀ ਪੁੱਤ ਨੂੰ ਵੇਖ ਵੇਖ ਕੇ ਇਹ ਕਿਹੜੇ ਚਾਲ ਚੱਲਣ ਕਰਦਾ ਉਹ ਤਾਂ ਇਹਨੂੰ ਸਮਝਾ ਸਮਝਾ ਕੇ ਮਰ ਗਈ ਹੈ ਵਿਚਾਰੀ ਇੱਕ ਕਰਕੇ ਨਾ ਉਹ ਛੁੱਟ ਹੀ ਗਈ ਆ ਪਰ ਹੁਣ ਕਿਸਮਤ ਮਾੜੀ ਉਹ ਕੁੜੀ ਦੀ ਜਿਹੜੀ ਇਹਦੇ ਘਰ ਆਈ ਹੈ ਹੁਣ ਨਾ ਉਹ ਕੁੜੀ ਗਾਂਹ ਜੋਗੀ ਅਤੇ ਨਾ ਪਛਾਂਹ ਜੋਗੀ ਨਿਗਾਹ ਜਾਂ ਪੁੱਤਰ ਹੀ ਕਿੱਧਰ ਨੂੰ ਲੈ ਕੇ ਜਾਏਗੀ ਇਹ ਮੁੰਡੇ ਨੂੰ ਸ਼ਰਮ ਕਿਤੇ ਆਏਗੀ ਕਿਤੇ ਸਮਝ ਨੂੰ ਆਏਗੀ ਇਹਨੂੰ ਜੇ ਪਿੱਛਾ ਤਾਂ ਉਹ ਨਹੀਂ ਵਿਚਾਰੀ ਦਾ ਰਿਹਾ ਕੀ ਕਰੇਗੀ ਹੁਣ ਤੁਹਾਨੂੰ ਇਹਦਾ ਦੁੱਖ ਮਾਰਦਾ ਹੀ ਇਹ ਕੁੜੀ ਦਾ
ਉਸੇ ਦੁੱਖ ਕਰਕੇ ਮੰਮੀ ਮੈਂ ਸੋਚਣ ਡਿਆ ਸੀ ਕਿ ਆਪਾਂ ਵਿੱਕੀ ਨੂੰ ਸਮਝਾਇਆ ਕਰੀਏ। ਆਖਰ ਅਸੀਂ ਆ ਹੁਣ ਉਹਦੇ ਜੋ ਵੀ ਹੈਗੇ ਹਾਂ, ਤੁਸੀਂ ਸਿਆਣੇ ਜੇ, ਉਹਦੀ ਮਾਵਾਂ ਬਰਾਬਰ ਅਤੇ ਮੈਂ ਉਹਦਾ ਵੱਡਾ ਭਰਾ, ਸਾਡਾ ਹੀ ਫਰਜ਼ ਬਣਨਾ ਵਾ ਹੁਣ ਗਾਂਹ ਨੂੰ ਸਮਝਾਉਣ ਦਾ। ਵੇਖ ਲੈ ਪੁੱਤ ਗੱਲ ਕਰਕੇ, ਤੈਨੂੰ ਤਾਂ ਅੱਗੇ ਉਹ ਵੇਖ ਕੇ ਗੁੱਸੇ ਵਿੱਚ ਆ ਜਾਂਦਾ, ਸਿੱਧੇ ਮੂੰਹ ਨਾਲ ਤਾਂ ਗੱਲ ਕਰਦਾ ਨਹੀਂ। ਚੱਲ ਮੰਮੀ, ਇਹਦੇ ਵਿੱਚ ਸਾਡੀਆਂ ਵੀ ਗਲਤੀਆਂ ਹੈਗੀਆਂ ਸੀ, ਮੈਂ ਵੀ ਅੱਗੇ ਉਹਨੂੰ ਗੁੱਸੇ ਨਾਲ ਬੋਲਦਾ ਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਮੇਰੀ ਗੱਲ ਮੰਨੇ ਉਹ, ਸਮਝੇ ਮੇਰੀ ਗੱਲ ਨੂੰ, ਪਰ ਐਰਕੀ ਹੋ ਸਕਦਾ ਵਾ ਮੰਨ ਜੇ ਮੈਂ ਥੋੜ੍ਹਾ ਪਿਆਰ ਨਾਲ ਸਮਝਾਊਂਗਾ, ਤਰੀਕੇ ਨਾਲ ਗੱਲ ਕਰੂੰਗਾ। ਬਾਕੀ ਉਹਨੂੰ ਆ ਤਾਜ਼ੀ ਸੱਟ ਵੀ ਵੱਜੀ ਆ, ਸ਼ਾਇਦ ਉਹਦੇ ਮਨ ਮੇਰ ਪੈ ਹੀ ਜਾਵੇ। ਚਲੋ ਵੇਖ ਲੈ ਗੱਲ ਕਰਕੇ।